फ्रेंड्स सिद्धू मूसेवाला जी अपनिया पुरानिया यादा नू ताज़ा करते हुए अपने पुराने जी एन ई कॉलेज लुधियाना विच पहुँचे ते उत्थे जाके कुछ गल्लां सांझियां कीतियां ते ओ की गल्लां सांझियां कीतियां आओ सुनदे हां। ਪਿੰਡ ਮੇਰਾ ਮੂਸੇ ਜੀ ਅਤੇ ਤੁਸੀਂ ਮੂਸੇ ਨੂੰ ਆਪਣੇ ਸਾਹਿਬ ਦੱਸ ਰਹੇ ਸੀਗੇ ਅਤੇ ਯਾਨੀ ਕਿ ਜਿਹੜੇ ਇਲਾਕੇ 'ਚੋਂ ਅਸੀਂ ਉਹਨਾਂ ਤੁਹਾਨੂੰ ਪਤਾ ਹੀ ਤੁਸੀਂ ਉਹਨਾਂ ਪਿੰਡਾਂ 'ਚ ਆਪਣਾ ਜ਼ਿਲ੍ਹਾ ਮਾਨਸਾ ਬਠਿੰਡੇ ਤੋਂ ਵੀ ਯਾਨੀ ਕਿ ਆਪਾਂ ਕਿਤੇ ਕਹਿ ਰਹੇ ਸੀਗੇ ਵੀ ਕਿਤੇ ਨਾ ਕਿਤੇ ਪਿਛੜਿਆ ਹੋਇਆ ਸੀ। ਜਦੋਂ ਅਸੀਂ ਉੱਥੋਂ ਆਉਂਦੇ ਸੀ ਤਾਂ ਸਾਡਾ ਸਾਨੂੰ ਬੈਕਵਰਡ ਸਰਟੀਫਿਕੇਟ ਨਾਲ ਲੈ ਕੇ ਚੱਲਣਾ ਪੈਂਦਾ ਸੀ। ਇਸ ਜਗ੍ਹਾ ਨੇ, ਇਸ ਕਾਲਜ ਨੇ, ਇਸ ਧਰਤੀ ਨੇ ਸਾਡੇ ਵਰਗਿਆਂ ਨੂੰ ਮੌਕਾ ਦਿੱਤਾ ਕਿ ਅਸੀਂ ਉਹਨਾਂ ਪਿੰਡਾਂ 'ਚ ਉੱਠ ਕੇ ਆ ਕੇ ਇੰਜੀਨੀਅਰਿੰਗ ਬਾਰੇ ਸੋਚ ਸਕੀਏ। ਪੜ੍ਹਨ ਦੀ ਗੱਲ ਤਾਂ ਦੂਰ ਨੂੰ ਵੀ ਸਰਕਾਰੀ ਸਕੂਲਾਂ 'ਚ ਉੱਠ ਕੇ ਕੌਨਵੈਂਟਾਂ 'ਚ ਆ ਕੇ ਤਾਂ ਸਾਰੇ ਪੜ੍ਹ ਜਾਂਦੇ ਨੇ, ਸਾਰਾ ਕੁਛ ਕਰ ਦਿੰਦੇ ਨੇ, ਪਰ ਇੱਕ ਸਰਕਾਰੀ ਸਕੂਲ ਦੇ ਬੱਚੇ ਨੂੰ ਮੌਕਾ ਦੇਣਾ ਮੈਂ ਕਹਿੰਦਾ ਬਹੁਤ ਵੱਡੀ ਗੱਲ। ਅਤੇ ਜੇ ਸਾਡੇ ਕੋਲ ਸਾਡੇ ਵਰਗੇ ਸਟੂਡੈਂਟ, ਮੈਨੂੰ ਨਹੀਂ ਪਤਾ ਕਿੰਨੇ ਕੁ ਅਸੀਂ ਸਾਡੇ ਵਿੱਚ ਇਲੈਕਟ੍ਰੀਕਲ ਬੈਚ ਦੇ ਸੀ, ਮੈਂ ਕਹਿੰਦਾ ਵੀ ਮੋਸਟ ਆਫ ਦੇ ਜਿੰਨੇ ਵੀ ਸਟੂਡੈਂਟ ਸੀਗੇ ਸਾਰੇ ਪਿੰਡਾਂ 'ਚ ਹੀ ਆਏ ਹੋਏ ਸੀ। ਅਤੇ ਅੱਜ ਉਹ ਸਾਰੇ ਪਿੰਡ ਵਾਲੇ ਕਿਤੇ ਨਾ ਕਿਤੇ ਕੋਈ ਕੈਨੇਡਾ ਬੈਠਾ ਹੈ, ਕੋਈ ਅਮੈਰੀਕਾ ਬੈਠਾ, ਅਤੇ ਸਾਰੇ 99% ਬੱਚੇ ਸਕਸੈਸਫੁਲ ਨੇ। ਅਤੇ ਤੁਸੀਂ ਕੈਨੇਡਾ ਚੱਲ ਜਾਓ, ਟੋਰੋਂਟੋ ਚੱਲ ਜਾਓ, ਸਰੀ ਚੱਲ ਜਾਓ, ਸੀਐਟਲ ਚੱਲ ਜਾਓ, ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ, ਆਸਟ੍ਰੇਲੀਆ ਚੱਲ ਜਾਓ, ਸਿਡਨੀ ਚੱਲ ਜਾਓ, ਤੁਹਾਨੂੰ ਕੋਈ ਨਾ ਕੋਈ ਜੀ ਐਨ ਏ ਦਾ ਪਿਛਲਾ ਤੁਹਾਨੂੰ ਅੱਗੋਂ ਟੱਕਰੂ ਕੋਈ ਟੱਕਰੂ। ਅਤੇ ਮੈਂ ਕਹਿੰਦਾ ਵੀ ਇਹ ਸਭ ਤੋਂ ਵੱਡੀ ਇਹ ਜੀ ਐਨ ਈ ਹੁਣ ਕੱਲਾ ਸਿਰਫ ਲੁਧਿਆਣੇ ਤੱਕ ਸੀਮਤ ਨਹੀਂ ਰਹਿ ਗਿਆ, ਪੰਜਾਬ ਤੱਕ ਸੀਮਤ ਨਹੀਂ ਰਹਿ ਗਿਆ, ਇਹਦੀਆਂ ਜੜ੍ਹਾਂ ਸਾਰੀ ਦੁਨੀਆ ਦੇ ਵਿੱਚ ਫੈਲੀਆਂ ਹੁੰਦੀਆਂ। ਮੇਰੇ ਅੰਕਲ ਸੀਗੇ 85 ਦੇ ਵਿੱਚ ਇੱਥੋਂ ਪਾਸ ਆਊਟ ਨੇ, ਕੇਵਲ ਸਿੰਘ ਜੀ, ਉਹ ਅੱਜ ਅਮੈਰੀਕਾ ਦੀ ਇੱਕ ਆਟੋਮੋਬਾਈਲ ਕੰਪਨੀ ਦੇ ਵਿੱਚ ਬਹੁਤ ਵਧੀਆ ਪੋਸਟ 'ਤੇ ਲੱਗੇ ਹੋਏ ਹਨ। ਅਤੇ ਜਦੋਂ ਈਵਨ ਅਸੀਂ ਵੀ ਉੱਥੇ ਗਏ 2016 ਤੋਂ ਬਾਅਦ ਪਾਸ ਆਊਟ ਹੋਏ, ਅਤੇ ਜਾ ਕੇ ਜੋ ਦੇਖਿਆ ਉੱਥੇ ਪਰਿਵਾਰ ਆ ਸਾਡਾ, ਅਤੇ ਉਹਨਾਂ ਨੇ ਕਦੇ ਇਹ ਨਹੀਂ ਸਾਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਵੀ ਅਸੀਂ ਕਿਸੇ ਦੂਜੀ ਧਰਤੀ 'ਤੇ ਆਏ ਹਾਂ। ਅਤੇ ਉੱਥੇ ਵੀ ਯਾਨੀ ਕਿ ਜੀ ਐਨ ਈ ਦਾ ਪਰਿਵਾਰ ਇੰਨਾ ਸੋਹਣਾ ਵਸਿਆ ਹੋਇਆ ਵੀ ਉਹ ਸਾਰੇ ਸਟੂਡੈਂਟਾਂ ਦੀ ਹੈਲਪ ਕਰਦੇ ਨੇ ਉੱਥੇ। ਕੱਲਾ ਜਿਵੇਂ ਆਪਾਂ ਸਰ ਕਹਿ ਰਹੇ, ਇੰਸਪੈਕਟਰ ਸਰ ਕਹਿ ਰਹੇ ਸੀਗੇ ਵੀ ਆਪਾਂ ਨੂੰ ਜਿਹੜੇ ਸਟੂਡੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ, ਇੱਥੇ ਨਹੀਂ ਉੱਥੇ ਵੀ ਸਟੂਡੈਂਟਸ ਦੀ ਹੈਲਪ ਹੋ ਰਹੀ ਹੈ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਜਗ੍ਹਾ 'ਤੇ ਆਸ਼ੀਰਵਾਦ, ਇਸ ਕਾਲਜ 'ਤੇ ਆਸ਼ੀਰਵਾਦ ਹੈ, ਇਹ ਇੰਨੀਆਂ ਬੁਲੰਦੀਆਂ 'ਤੇ ਗਿਆ ਹੋਇਆ। ਅਤੇ ਇਸ ਕਾਲਜ ਨੇ, ਇਸ ਧਰਤੀ ਨੇ ਸਾਡੇ ਵਰਗੇ ਕਿੰਨੇ ਨਾਕਾਬਿਲ ਬੱਚਿਆਂ ਨੂੰ ਕਿੱਥੋਂ ਤੱਕ ਯਾਨੀ ਕਿ ਸਾਨੂੰ ਪਹੁੰਚਾ ਦਿੱਤਾ। ਸਟੇਜਾਂ 2012 ਦੇ ਵਿੱਚ ਮੈਂ ਇੱਥੇ ਆਇਆ ਸੀ, ਸਕੂਲ 'ਚ ਮੈਂ ਗਾਉਂਦਾ ਸੀ, ਅਤੇ ਗਾਉਂਦਾ ਗਾਉਂਦਾ ਉਦੋਂ ਪਤਾ ਵੀ ਨਹੀਂ ਸੀਗਾ ਵੀ ਗਾਉਣਾ ਵੀ ਆਉਂਦਾ ਜਾਂ ਨਹੀਂ, ਬਸ ਸ਼ੌਂਕ ਨੂੰ ਜੋ ਮਾੜਾ ਮੋਟਾ ਥੋੜ੍ਹਾ ਬਹੁਤ ਗੁਣ ਬਣਾ ਲਿਆ। 2012 'ਚ ਇੱਥੇ ਐਡਮਿਸ਼ਨ ਹੋਈ ਮੇਰੀ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ। ਸਹਿਜ ਮੇਰਾ ਬਹੁਤ ਵਧੀਆ ਭਰਾ ਹੈ, ਦੋਸਤ ਵੀ ਹੈ, ਅਸੀਂ ਅੱਜ ਵੀ ਇਕੱਠੇ ਹਾਂ, ਅਤੇ ਇਲੈਕਟ੍ਰੀਕਲ ਦਾ ਟੋਪਰ ਵੀ ਹੈ ਮੇਰੇ ਨਾਲ ਉਦੋਂ ਵੀ ਸੀ, ਅਤੇ ਸਾਡਾ ਅਸੀਂ ਇਕੱਠਿਆਂ ਦਾ ਰੋਲ ਨੰਬਰ ਸੀ, ਦੋ ਤਿੰਨ ਜਣੇ ਅਸੀਂ ਇਕੱਠੇ ਹੁੰਦੇ ਸੀਗੇ। ਇਹ ਬੰਦੇ ਨੇ ਬਹੁਤ ਪੜ੍ਹਾਇਆ ਮੈਨੂੰ, ਅਤੇ ਜਦੋਂ ਅਸੀਂ ਇਸ ਚੀਜ਼ ਦਾ ਸਾਨੂੰ ਨੌਲੇਜ ਵੀ ਨਹੀਂ ਸੀਗੀ ਵੀ ਗਾਉਣਾ ਕੀ ਹੁੰਦਾ ਜਾਂ ਕੁਛ ਨਹੀਂ ਹੁੰਦਾ, ਅਤੇ ਅਸੀਂ ਉਹ ਸਾਹਮਣੇ ਡੋਰ 'ਤੇ ਖੜ੍ਹੇ ਹੁੰਦੇ ਸੀ, ਅਤੇ ਇੱਥੇ ਐਡੀਸ਼ਨ ਹੁੰਦਾ ਹੁੰਦਾ ਸੀ, ਇੱਥੇ ਮਿਊਜ਼ੀਕਲ ਟੀਚਰ ਅਤੇ ਇੱਕ ਸ਼ਹਿਬਾਜ਼ ਬਰਾੜ ਸਰ ਹੁੰਦੇ ਸੀ ਇੱਥੇ, ਅਸੀਂ ਉੱਥੇ ਖੜ੍ਹੇ, ਅਤੇ ਇਹ ਮੈਨੂੰ ਉੱਥੋਂ ਤੱਕ ਕੇ ਲੈ ਕੇ ਉਹਨਾਂ ਤੱਕ ਵੀ ਆਇਆ ਕੋਈ ਨਹੀਂ ਗਾਉਂਦੇ, ਪਰ ਇੱਥੇ ਆ ਕੇ ਲੱਤਾਂ ਕੰਮਣ ਲੱਗ ਜਾਣੇ, ਫਿਰ ਵਾਪਸ ਚੱਲ ਜਾਣਾ ਵੀ ਨਹੀਂ ਆ। ਅਤੇ ਅੱਜ ਉਹੀ ਸਟੇਜ ਆ, ਉਹੀ ਭਰਾ ਮੇਰੇ ਪਿੱਛੇ ਖੜ੍ਹਾ, ਅਤੇ ਉਹੀ ਮੇਰੇ ਰਿਸਪੈਕਟਡ ਟੀਚਰ ਮੇਰੇ ਸਾਹਮਣੇ ਬੈਠੇ ਨੇ। ਸਟੇਜਾਂ 'ਤੇ ਬੜੀਆਂ ਸਟੇਜਾਂ 'ਤੇ ਗਾ ਲਿਆ, ਗ੍ਰੈਮਰੀ ਅਰੀਨਾ ਕਰ ਲਏ, ਦੋ ਦੋ ਚਾਰ ਚਾਰ ਲੱਖ ਆਡੀਅੰਸ ਦੇ ਮੂਹਰੇ ਗਾ ਲਿਆ। ਈਵਨ ਮੇਨ ਸਟ੍ਰੀਮ ਆਰਟਿਸਟ ਅੱਜ ਸਾਨੂੰ ਫੋਨ 'ਤੇ ਗੱਲ ਕਰਦੇ ਨੇ, ਸਾਨੂੰ ਕਹਿੰਦੇ ਨੇ ਵੀ ਅਸੀਂ ਇੰਡੀਆ ਹੋਣਾ, ਸਾਨੂੰ ਤੁਹਾਡੀ ਹੈਲਪ ਚਾਹੀਦੀ ਹੈ। ਪਰ ਜੋ ਇਹ ਸਟੇਜ ਦਾ ਜਲਵਾ ਉਹ ਅੱਜ ਵੀ ਉਹੀ ਬਰਕਰਾਰ ਹੈ। ਮੇਰੀ ਜਾਂ ਤੁਸੀਂ ਯਕੀਨ ਨਹੀਂ ਕਰਦੇ ਮੈਂ ਖੜਾ, ਪਰ ਮੈਨੂੰ ਪਤਾ ਵੀ ਮੈਂ ਕਿੰਨਾ ਔਖਾ ਖੜਾ, ਮੇਰੀ ਹਜੇ ਵੀ ਖੜੇ ਦੀਆਂ ਲੱਤਾਂ ਘੁੰਮੀ ਜਾਂਦੀਆਂ ਇੱਥੇ। ਅਤੇ ਮੈਂ ਇਸ ਕਾਲਜ ਦੇ ਵਿੱਚ ਸਾਨੂੰ ਸਾਡੇ ਮਾਂ ਪਿਓ ਵਰਗੇ ਸਾਨੂੰ ਟੀਚਰਾਂ ਨੇ ਇੰਨਾ ਚੰਗੀ ਤਰੀਕੇ ਨਾਲ ਗਾਈਡ ਕੀਤਾ। ਅੱਜ ਕਈ ਟੀਚਰਸ ਇੱਥੇ ਨਹੀਂ ਵੀ ਸੀ, ਸਾਡੇ ਰਿਸਪੈਕਟਡ ਸਰ ਸੀ, ਐਚਡੀ ਸਰ ਜਸਵਿੰਦਰ ਸਿੰਘ, ਅੱਜ ਇਸ ਦੁਨੀਆਂ 'ਤੇ ਨਹੀਂ ਵੀ ਹੈਗੇ, ਪਰ ਅੱਜ ਆ ਕੇ ਯਾਨੀ ਕਿ ਇਹ ਮਹਿਸੂਸ ਹੁੰਦਾ ਉਹਨਾਂ ਸਾਰਿਆਂ ਦੀ ਕਮੀ ਮਹਿਸੂਸ ਹੁੰਦੀ ਹੈ ਵੀ ਕਾਸ਼ ਅੱਜ ਉਹ ਵੀ ਹੁੰਦੇ ਇੱਥੇ, ਉਹਨਾਂ ਨੂੰ ਵੀ ਮਿਲਿਆ ਜਾਂਦਾ। ਤੁਹਾਡੇ ਸਾਰਿਆਂ ਦੀ ਬਦੌਲਤ, ਇਸ ਧਰਤੀ ਦੀ ਬਦੌਲਤ, ਇਸ ਕਾਲਜ ਦੀ ਬਦੌਲਤ, ਇੱਕ ਸ਼ੁਭਦੀਪ ਸਿੰਘ, ਇੱਕ ਸਿੱਧੂ ਮੂਸੇਵਾਲਾ ਬਣਿਆ, ਅਤੇ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟ ਨੂੰ ਕਿਸੇ ਮੁਕਾਮ 'ਤੇ ਲੈ ਕੇ ਜਾਓ, ਕਿੱਥੇ ਲੈ ਕੇ ਜਾਓ, ਅਤੇ ਮੈਂ ਨਮਸਕਾਰ ਕਰਦਾ ਇਸ ਧਰਤੀ ਨੂੰ, ਅਤੇ ਮੇਰਾ ਸਿਰ ਝੁਕਦਾ, ਮੇਰੇ ਲਈ ਇਹ ਕਿਸੇ ਗੁਰੂ ਧਾਮ ਤੋਂ ਘੱਟ ਨਹੀਂ, ਅਤੇ ਹਮੇਸ਼ਾ ਮੇਰੀ ਇੱਜ਼ਤ ਕਰੂੰਗਾ। ਸਤਿ ਸ਼੍ਰੀ ਅਕਾਲ।
ਤੂੰ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਥੈਂਕ ਯੂ ਸ਼ਬਦੀ ਫੋਰ ਸ਼ੋਇੰਗ ਯੋਰ ਰਿਸਪੈਕਟਫੁਲ ਫੀਲਿੰਗਸ ਟੁਵਰਡਸ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ